ਯਾ ਮੈਂ ਛੱਡ ਰਿਹਾ ਹੈਗਾ ਸ਼ਾਮ ਨੂੰ ਮਾਰਨਾ ਇਹਦਾ ਸੇਲ ਲੋ ਹਾਂ ਉਹ ਪੜ ਗਏ ਭਾਈ ਇਹ ਕੀ ਕਰਨਾ ਪਿਆ ਡਿਲੀਟ ਕਰ ਦੇ ਪੂਰਾ ਪੂਰਾ ਫੋਲਡਰ ਸੈਂਡ ਕਰਨਾ Final round.
ਵਾਹ ਹੋਇਆ ਕੀ ਬੰਦੇ ਵਾਲ ਵਾਲ ਦੇ ਕੀ ਸੇਚ ਕੋਈ ਰਾਉਂਡ 1 ਨੂੰ ਲੱਗਦੀ ਵੀ ਫਾਈਟ ਇਹ ਚੀਜ਼ ਖੇਲਣ ਦੇ ਯਾਰ ਇਹ ਬਹੁਤ ਹੀ ਬਕਵਾਸ ਹੈ ਯਾਰ ਇੱਕ ਵਾਰੀ ਸੈਡ ਹੋਈ ਉਹ ਤੇ ਚਿੰਨ ਪਾ ਰਹੇ ਪਿਆ ਆਟੋਮੈਟਿਕ ਪੈਰੀ ਹੋਈ ਗਈ ਤੇਰੀ ਤੂੰ ਵੇਵ ਲੈ ਰਿਹਾ ਸਰ
One. Fight. पिछे तू बच गया Round 1
ਦਿਮਾਗ ਤੇਰਾ ਕੰਮ ਨਹੀਂ ਕਰਦਾ ਚੀਜ਼ਾਂ ਨਾ ਨਹੀਂ ਮੇਰਾ ਸਟੈਮਿਨਾ ਹੀ ਆ ਗੇਮ ਦਾ ਸਹੀ ਨਾ ਉਹ ਤਾਂ ਖੇਲੀ ਨਾ ਫਿਰ ਆਵਾਜ਼ ਆ ਰਹੀ ਓਏ ਵਾਹ ਮੈਂ ਕਿਹਾ ਮੈਂ ਇੱਧਰ ਬੁਲਾਓ ਇਧਰ ਚੋਦਾ ਆ ਇਧਰ ਚੋਦਾ ਰਿਸਕ ਲੈ ਰਹੇ ਨਾ ਚੀਜ਼ਾਂ ਦੇ ਕਮਾਰ ਆਦਾ ਅੱਲਾ ਸਹੀ ਹੈ ਮੈਂ ਵੀ ਕਿਹੜਾ ਵੇਨਾ ਬਸ ਉਹ ਵੀ ਨਹੀਂ ਪੈਂਦਾ ਐਂ ਜੀ ਸਿੱਖੋ ਬਰੋ ਐਂ ਜੀ ਉਹ ਪੈਰੀ ਕਿਸੇ ਨੂੰ ਸਿੱਖੋ ਉਹ ਭਾਈ ਕੀ ਹੋ ਰਿਹਾ ਕਮ ਓ ਮੇਕਰ ਯਾਰ ਮਾਰਨੇ ਉਹ ਭਾਈ ਮਾਂ ਵੀ ਦੇ ਲੈ ਬੱਚਾ ਬੜੇ ਮੁਸ਼ਕਲ ਜਗ੍ਹਾ ਕੌਣ ਲਾਉਂਦਾ ਲੈ ਜਾਣ ਕੇ ਤੋੜ ਕੇ ਹੋਣੇ ਜਾਣ ਕੇ ਮਿਸ ਕੀਤੀ ਲੈ ਫੇਰ ਸਹੀ ਗੱਲ ਵੀ ਚੀਜ਼ਾਂ ਸਿੱਖੀ ਦੁਬਾਰਾ ਤੁਹਾਨੂੰ ਉਹ ਸਿੱਪਾ ਮਾਰਿਆ ਜਾਣ ਕੇ ਸੀਨੀਅਰ ਹਮੇਸ਼ਾ ਯਾਰ ਮਾਈਂਡ ਗੇਮ ਬਹੁਤ ਕਰਦਾ ਲੱਗਦਾ ਸ਼ਾਮ ਨੂੰ ਨਜ਼ਰ ਆਉਂਦੇ ਸਾਫ ਆਹ ਸਲਾਮ ਨੂੰ ਵਾਕਈ ਬਹੁਤ ਸਾਫ ਨਜ਼ਰ ਆਉਂਦੇ ਫਿਰਕੀ ਕਹਿੰਦੀ ਫਿਰਕੀ ਜਿੰਦੀ ਯਾਰ ਤੂੰ ਖੁਦ ਕਿਹਾ ਮੈਨੂੰ ਬਹੁਤ ਕਲੀਅਰ ਨਜ਼ਰ ਆਉਂਦਾ ਸਾਫ ਨਜ਼ਰ ਆਉਂਦੀ ਸਲੋ ਮੋਸ਼ਨ ਸਲੋ ਮੋਸ਼ਨ ਨਜ਼ਰ ਆਉਂਦੀ ਹਾਂ ਸਲੋ ਮੋਸ਼ਨ ਚੀਜ਼ਾਂ ਨਜ਼ਰ ਆਉਂਦੀ 3.5 ਵਾਲਾ ਸਲੋ ਮੋਸ਼ਨ ਯਾਰ 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 ਤੂੰ ਨਹੀਂ ਜੁੜਦਾ ਹੋਇਆ ਆ ਰਿਹਾ ਨਾ ਜੀ ਲੜੇ ਗੇਮ ਕਰਨ ਦੇ ਜਦੋਂ ਆਇਆ ਵੇਖ ਯਾਰ ਆਓ ਨਾ ਪਹਿਲੇ ਤੂੰ ਕੀ ਕੀਤਾ ਬਦਲਾ ਲੈ ਤਮੀਜ਼ ਨਾਲ ਗੇਮ ਖੇਡਦੇ ਆ ਠੀਕ ਹੈ ਸ਼ੁਕਰੀਆ ਸਰਫਾਂ ਤੂੰ ਕੈਂਸਲ ਕਰਕੇ ਨੀ ਕੀਤੀ ਤੋਪਣੇ ਤੋਂ ਤਾਂ ਕਰ ਬੰਦ ਕਰ ਅੱਲਾਹ ਮਾਫ਼ ਕਰੇ
ਸੀ ਨਾ ਚਲੋ ਰੋਟੀ ਖਾਈ ਡਾਇਰੈਕਟ